ਕੈਪਟਨ ਸਾਹਿਬ ਤੁਸੀਂ ਸਾਡੇ ਪਿਓ ਦੀ ਸਹੁੰ ਖਾਧੀ ਸੀ ਦੋ ਮੇਰੇ ਬੇਟੇ ਵਾਈਫ ਐਮ ਏ ਬੀ ਐਡ ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ ਗੁਆਂਢੀ ਕਹਿੰਦਾ ਵਾ ਚੰਗਾ ਹੋਇਆ 2500 ਰੁਪਈਏ ਦੇ ਮੇਰੇ ਪਿਓ ਨੇ ਮਿਹਨਤ ਕਰ ਕਰਕੇ ਮੈਨੂੰ ਪੜ੍ਹਾਇਆ ਹੁਣ ਵੀ ਮੈਂ ਨਸ਼ੇ 'ਚ ਜੇ ਮੈਂ ਨਸ਼ੇ 'ਚ ਨਹੀਂ ਹੁੰਦਾ ਨਾ ਤਾਂ ਮੈਂ ਮਰਨ ਡਿਆਉਣਾ ਅੰਦਰ ਤੁਹਾਡੀ ਜੇਬ 'ਚ ਪੈਸੇ ਹੋਣੇ ਚਾਹੀਦੇ 7 ਸਾਲ ਦੇ ਬੱਚੇ ਕੋਲ ਇੰਜੈਕਸ਼ਨ ਵੀ ਨਾਲ ਲਾ ਕੇ ਦੇਣਗੇ ਆ ਨਾੜਾਂ ਰਹਿ ਗਈਆਂ ਜੀ ਘਰ ਵੀ ਬਰਬਾਦ ਹੋ ਗਿਆ ਸਾਰਾ ਆਈ ਏ ਐਸ ਪ੍ਰੀ ਲਿਮਿਟਡ ਜੀ ਮੈਂ ਕੱਢਿਆ ਜਾ ਟੈਸਟ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸ਼ੁਰੂ ਤੋਂ ਜੁੜਿਆ ਹਾਂ ਮੈਂ ਅੱਜ ਲੰਘ ਰਿਹਾ ਸੀ ਇੱਧਰੋਂ ਅਤੇ ਪਤਾ ਨਹੀਂ ਕੀ ਗੁਰੂ ਰਾਮਦਾਸ ਨੇ ਮਿਹਰ ਕੀਤੀ ਅਤੇ ਮੇਰੇ ਵੱਡੇ ਭਰਾ ਮੈਨੂੰ ਮਿਲ ਪਏ ਕੈਪਟਨ ਸਾਹਿਬ ਤੁਸੀਂ ਸਾਡੇ ਪਿਓ ਦੀ ਸਹੁੰ ਖਾਧੀ ਸੀ ਕਿ 4 ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਆਹ ਵੇਖੋ ਆਹ ਨਾੜਾਂ ਵੀ ਰਹਿ ਗਈਆਂ ਜੀ ਆਹ ਵੇਖੋ ਅਤੇ ਹੈ ਪਸੀਨਾ ਮੈਂ ਹੈਗਾ ਜੀ ਪੀੜਿਤ ਕਾਲੇ ਪੀੜੀਏ ਨਾਲ ਦੋ ਮੇਰੇ ਬੇਟੇ ਵਾਈਫ ਐੱਮ ਏ ਬੀ ਐੱਡ ਐੱਮ ਏ ਪਬਲਿਕ ਐਡ ਮੈਂ ਕੀਤੀ ਐੱਮ ਏ ਸੋਸ਼ੋਲੋਜੀ ਐੱਮ ਏ ਪੰਜਾਬੀ ਬੀ ਐੱਡ ਪੋਲੀਟੈਕਨੀਕਲ ਆਈ ਟੀ ਆਈ ਅਤੇ ਬੁੱਢੇ ਹੋ ਗਏ ਹਾਂ ਬੁੱਢੇ ਹੋ ਗਏ ਹਾਂ ਇਸ ਚੱਕਰ 'ਚੋਂ ਕੱਢਿਆ ਨਹੀਂ ਮੈਂ ਪੁਲਿਸ ਨੂੰ ਵੀ ਇਹ ਚੀਜ਼ ਦਾ ਜ਼ਿੰਮੇਵਾਰ ਨਹੀਂ ਮੰਨਦਾ ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ ਗੁਆਂਢੀ ਕਹਿੰਦਾ ਵਾ ਚੰਗਾ ਹੋਇਆ ਇਹ ਪੜ੍ਹਿਆ ਸੀ 2500 ਰੁਪਈਏ ਦੇ ਮੇਰੇ ਪਿਓ ਨੇ ਮਿਹਨਤ ਕਰ ਕਰਕੇ ਮੈਨੂੰ ਪੜ੍ਹਾਇਆ ਮਿਹਨਤ ਕਰ ਕਰਕੇ ਕੋਈ ਸਾਡੀ ਪੈਲੀ ਨਹੀਂ ਸੀ ਕੋਈ ਸਾਡਾ ਕੋਈ ਕੁਛ ਨਹੀਂ ਸੀ 2500 ਰੁਪਈਏ ਦੇ ਮਿਹਨਤ ਕਰ ਕਰਕੇ ਮੇਰੇ ਪਿਓ ਨੇ ਮੈਨੂੰ ਖਾਲਸਾ ਕਾਲਜ ਦੇ ਵਿੱਚ ਪੜ੍ਹਾਇਆ ਪਲੱਸ 1 ਤੋਂ ਖਾਲਸਾ ਕਾਲਜ 'ਚ ਗਏ ਹੁਣ ਵੀ ਮੈਂ ਨਸ਼ੇ 'ਚ ਜੇ ਮੈਂ ਨਸ਼ੇ 'ਚ ਨਹੀਂ ਹੁੰਦਾ ਨਾ ਤਾਂ ਮੈਂ ਮਰਨ ਡਿਆਉਣਾ ਅੰਦਰ ਅਤੇ ਮੇਰੇ ਕੋਲ ਬਿਆਨ ਨਹੀਂ ਦਿੱਤਾ ਜਾਣਾ ਸਿੱਧੀ ਗੱਲ ਜੀ ਅਤੇ ਤੁਸੀਂ ਬੜੀ ਵਧੀਆ ਗੱਲ ਕਹੀ ਮੇਰੇ ਪਿਓ ਦੀ ਤੁਸੀਂ ਸਹੁੰ ਖਾਧੀ 4 ਦਿਨਾਂ 'ਚ ਤੁਹਾਡੇ ਕੋਲ ਬੰਦ ਨਹੀਂ ਹੋਇਆ ਆਹ ਵੇਖ ਲਓ ਖਜ਼ਾਨੇ ਵਾਲੇ ਤੋਂ ਝਬਾਲ ਤੱਕ 7 ਸਾਲ ਦੇ ਬੱਚੇ ਕੋਲ ਲੈ ਲਓ ਭਾਵੇਂ ਤੁਹਾਡੀ ਜੇਬ 'ਚ ਪੈਸੇ ਹੋਣੇ ਚਾਹੀਦੇ 7 ਸਾਲ ਦੇ ਬੱਚੇ ਕੋਲ ਇੰਜੈਕਸ਼ਨ ਵੀ ਨਾਲ ਲਾ ਕੇ ਦੇਣਗੇ ਅਨਾੜਾਂ ਰਹਿ ਗਈਆਂ ਜੀ ਅਨਾੜਾਂ ਰਹਿ ਗਈਆਂ ਸਾਰੀਆਂ ਅਨਾੜਾਂ ਰਹਿ ਗਈਆਂ ਜੀ ਘਰ ਵੀ ਬਰਬਾਦ ਹੋ ਗਿਆ ਸਾਰਾ ਘਰ ਬਰਬਾਦ ਹੋ ਗਿਆ ਆਈ ਏ ਐੱਸ ਪ੍ਰੀ ਲਿਮਰੀ ਮੈਂ ਕੱਢਿਆ ਜੇ ਟੈਸਟ ਪ੍ਰੀ ਲਿਮਰੀ ਮੈਂ ਕੱਢਿਆ ਜੇ 2004 'ਚ ਪ੍ਰੋਫੈਸਰ ਸੁਲੱਖਣ ਸਿੰਘ ਦੇ ਨਾਲ ਪ੍ਰੋਫੈਸਰ ਕਿਉਂਕਿ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸ਼ੁਰੂ ਤੋਂ ਜੁੜਿਆ ਹਾਂ ਖਾਲਸਾ ਕਾਲਜ ਤੋਂ ਹੀ ਆਪਣੇ ਮੀਰਾ ਕੌਰ ਸਾਹਿਬ ਦੇ ਨਾਲ ਅਜੇਪਾਲ ਮੀਰਾ ਕੌਰ ਸਾਹਿਬ ਦੇ ਨਾਲ ਸ਼ੁਰੂ ਤੋਂ ਅੜਿਆ ਇਹਨਾਂ ਨੇ ਇਹ ਕੀ ਵੇਖਿਆ ਕਿ ਇਹ ਨਾਈਆਂ ਦਾ ਮੁੰਡਾ ਇੰਨਾ ਪੜ੍ਹ ਗਿਆ ਇਹਨੇ ਪਤਾ ਨਹੀਂ ਅਫਸਰ ਲੱਗ ਜਾਣਾ ਜਾ ਕੇ ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ ਦੂਜਾ ਵੇਂਦਾ ਵਾ ਪਰ ਇਹ ਅੱਗ ਘਰ ਘਰ ਪਹੁੰਚ ਰਹੀ ਜੇ ਕੈਪਟਨ ਸਾਹਿਬ ਇਹ ਅੱਗ ਘਰ ਘਰ ਪਹੁੰਚ ਰਹੀ ਜੇ ਪੁਲਿਸ ਦਾ ਇਹਦੇ 'ਚ ਕੋਈ ਨਹੀਂ ਜੇ ਕੋਈ ਰੋਲ ਨਹੀਂ ਜੇ ਪੁਲਿਸ ਦਾ ਕੋਈ ਕਾਲੀਆਂ ਭੇਡਾਂ ਆਉਣਗੀਆਂ ਵਿੱਚ 5-10 ਪਰ ਪੁਲਿਸ ਵੀ ਸਾਰੀ ਮਾੜੀ ਨਹੀਂ ਆਹ ਮੇਰੀਆਂ ਨਾੜਾਂ ਵੇਖ ਲਓ ਕੋਈ ਨਾੜ ਨਹੀਂ ਇੱਕ ਨਾੜ ਨਹੀਂ ਜੇ ਮੇਰੀ ਰਹਿ ਗਈ ਇੱਕ ਨਾੜ ਨਹੀਂ ਜੇ 15-14 ਸਾਲ ਦਾ ਬੱਚਾ ਹੋ ਗਿਆ ਉਹ ਵੇਂਦਾ ਰਹਿੰਦਾ ਕਿ ਪਾਪਾ ਕਦੋਂ ਘਰ ਆਉਣ ਰੋਜ਼ ਕਿੰਨੇ ਦਾ ਨਸ਼ਾ ਲਾਉਂਦੇ ਹੋ 2000 ਦਾ ਇੰਨਾ ਪੈਸਾ ਕਿੱਥੋਂ ਆਉਂਦਾ 2000 ਦਾ ਚੋਰੀ ਘਰੋਂ ਕਦੀ ਬਾਹਰੋਂ ਨਹੀਂ ਕੀਤੀ ਘਰ ਦੀਆਂ ਚੀਜ਼ਾਂ ਵੇਚੀਆਂ ਕਦੀ ਬਾਈਕ ਰਾਤੀ ਗਹਿਣੇ ਹੁਣ ਆਹ ਵੇਖੋ 60,800 ਦੀ ਕਢਾ ਕੇ ਦਿੱਤੀ ਆ ਫਿਰ ਵਾਈਫ ਨੇ ਮੇਰੇ ਸਹੁਰਿਆਂ ਨੇ 60,800 ਦੀ ਆਪਣੀ ਟੀ ਵੀ ਐੱਸ ਸਪੋਰਟਸ ਸਾਹਮਣੇ ਲੱਗੀ ਆ ਛੱਡਦੇ ਕਿਉਂ ਨਹੀਂ ਤੁਸੀਂ ਨਸ਼ਾ ਛਡਾਉਣ ਤਾਂ ਛੱਡੀਏ ਭਾਜੀ ਛਡਾਉਣ ਤਾਂ ਛੱਡੀਏ ਸੈਂਟਰ ਖੁੱਲ੍ਹੇ ਹੋਏ ਆ ਉੱਥੇ ਕੋਈ ਨਹੀਂ ਜੇ ਸੁਣਦਾ ਉਹਨਾਂ ਦੀ ਸੱਚਾਈ ਕੀ ਆ ਉਹਨਾਂ ਦੀ ਸੱਚਾਈ ਇਹ ਆ ਭਾਜੀ ਉਹਨਾਂ ਦੀ ਸੱਚਾਈ ਇਹ ਆ ਉੱਥੇ ਬਿਠਾਏ ਐੱਮ ਬੀ ਬੀ ਐੱਸ ਨਾ ਕਿ ਐੱਮ ਐੱਸ ਉੱਥੇ ਕੀ ਸੱਚਾਈ ਆ ਉਹਨਾਂ ਤੁਹਾਨੂੰ ਲਿਖ ਦੇਣੀਆਂ ਗੋਲੀਆਂ ਨੀਂਦ ਵਾਲੀਆਂ ਸੁੱਤੇ ਰਹੋ ਫੁੱਦੂ ਭਾਂਜੋ ਘਰ ਆ ਗਈ ਸੁੱਤੇ ਰਹੋ ਉਹਨਾਂ ਹੋਰ ਤਲਬ ਲੱਗਦੀ ਹੈ ਹੋਰ ਸੈਂਟਰਾਂ ਦੀ ਸੱਚਾਈ ਕੀ ਆ ਇੱਕੋ ਸੈਂਟਰ ਅੰਮ੍ਰਿਤਸਰ 'ਚ ਖੁੱਲ੍ਹਾ ਇਹ ਰੌਲਾ ਪਾਉਂਦਾ ਨਾ ਕਿ ਬੜੇ ਮੈਂ ਸੈਂਟਰ ਖੋਲ੍ਹੇ ਬੜਾ ਮੈਂ ਕੀਤਾ ਮੈਂ ਇੱਕੋ ਹੋਰ ਸੈਂਟਰ ਉਹ ਵੀ ਬੰਦ ਪਿਆ ਜੇ 133 ਬਿਸਤਰਿਆਂ ਦਾ ਉਹ ਵੀ ਬੰਦ ਪਿਆ ਜੇ ਤੁਸੀਂ ਅੱਜ ਦਵਾਈ ਲੈਣ ਚੱਲ ਜਾਓ ਨਾ ਉੱਥੇ ਅਤੇ ਭਾਅ ਜੀ ਉੱਥੇ ਦਵਾਈ ਜਿਹੜੀ ਉਰਲੇ ਬੰਨੇ ਗੁਰੂ ਨਾਨਕ ਹੋਸਪਿਟਲ ਜਿਹੜੀ ਮਿਲਦੀ ਨਾ ਜਿੱਥੇ ਸਰਕਾਰ ਕਮੇਟੀ ਨੇ ਆ ਕੇ ਬੜਾ ਡੰਡਾ ਵਾਇਆ ਸੀ ਕਿਉਂਕਿ ਮੁੰਡੇ ਮੂੰਹ ਦੇ ਵਿੱਚੋਂ ਦਵਾਈ ਕੱਢ ਕੇ ਅਤੇ ਇੰਜੈਕਟ ਕਰਦੇ ਸੀ ਮੁੰਡੇ ਦਵਾਈ ਕੱਢ ਕੇ ਸਤਿਕਾਰ ਕਮੇਟੀ ਨੇ ਪੂਰਾ ਉੱਥੇ ਛਿੱਤਰ ਵਾਇਆ ਆ ਕੇ ਮੁੜ ਕੇ ਭਾਅ ਜੀ ਉੱਥੋਂ ਹਟੇ ਉਹ ਹੁਣ ਸਾਨੂੰ ਨਹੀਂ ਪਤਾ ਅਸੀਂ 3 ਦਿਨ ਨਾਲ ਗਏ 4 ਦਿਨ ਨਾਲ ਗਏ ਉਹ ਗੋਲੀਆਂ ਉਹਨਾਂ ਨੂੰ ਵੱਜਦੀਆਂ ਜੀ
ਉਹ ਗੋਲੀਆਂ 100 ਰੁਪਏ ਦੀ ਗੋਲੀ ਵਿਕਣ ਡਈ ਜੇ ਖਜ਼ਾਨੇ ਵਾਲੇ ਤੋਂ ਲੈ ਕੇ ਝਬਾਰ ਰੋਡ ਸਾਰਾ ਹੀ ਸਾਰਾ ਤੇ ਇੱਕ ਅਨਗੜ੍ਹ ਲਾ ਲਓ ਕੋਰ ਏਰੀਆ ਤੇ ਇੱਕ ਲਾ ਲਓ 88 ਫੁੱਟ ਰੋਡ ਮਜੀਠਾ ਰੋਡ ਕਿਹੜਾ ਕਿਹੜਾ ਨਸ਼ਾ ਜ਼ਿਆਦਾ ਵਿਕ ਰਿਹਾ ਭਾਜੀ ਚਿੱਟਾ ਹੀ ਸਿਰਫ ਚਿੱਟਾ ਚਿੱਟਾ ਰੇਟ ਕੀ ਆ ਉਹਦਾ ਉਹਦਾ ਰੇਟ 3500 ਨੂੰ ਇੱਕ ਗ੍ਰਾਮ ਦਾ 3500 ਘਰੋਂ ਤੁਸੀਂ ਚੋਰੀ ਕਰੋ ਤੁਹਾਨੂੰ ਬੱਚੇ ਉਨੇ ਚਿਰ ਤੁਹਾਨੂੰ ਚੰਗੇ ਲੱਗਣੇ ਨਹੀਂ ਜਿਹਨੇ ਤੁਸੀਂ 500 ਦਾ 1000 ਦਾ ਤੁਸੀਂ ਲਾ ਨਾ ਲਿਆ ਤੁਹਾਨੂੰ ਬੱਚੇ ਨਹੀਂ ਚੰਗੇ ਲੱਗਣੇ ਤੁਹਾਨੂੰ ਬੀਵੀ ਨਹੀਂ ਚੰਗੀ ਲੱਗਣੀ ਭਾਅ ਜੀ 2500 ਰੁਪਏ ਮੇਰੇ ਫਾਦਰ ਨੇ ਮਿਹਨਤ ਕਰਕੇ ਇੰਨਾ ਵਧੀਆ ਮੈਨੂੰ ਪੜ੍ਹਾਇਆ ਇੰਨਾ ਕੋਈ ਬਰਦਾਸ਼ਤ ਨਹੀਂ ਹੋਇਆ ਬਸ ਉਹ ਮੇਰੀ ਕਿਸਮਤ ਮਾੜੀ ਸੀ ਕਿ ਮੈਂ ਉੱਥੇ ਬੈਠਾ ਸਾਂ ਮੈਨੂੰ ਮੇਰੀ ਸਿਰਦਰਦ ਹੋਣ ਡੀ ਸੀ ਤਾਂ ਮੇਰਾ ਪਬਲਿਕ ਐਡ ਦਾ ਸਮੈਸਟਰ ਦੂਜੇ ਦਾ ਪੇਪਰ ਸੀ ਆਪਣੇ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਦਾ ਅਤੇ ASI ਨੇ ASI ਸਾਡੇ ਉੱਤੇ ਰਹਿੰਦਾ ਸੀ ਭਾਅ ਜੀ ਮੋਹਣੀ ਪਾਰਕ ਡੂੰਘੇ ਕੁਆਟਰਾਂ 'ਚ ਦਸ਼ਮੇਸ਼ ਅਕੈਡਮੀ ਦੇ ਲਾਗੇ ਡੂੰਘੇ ਕੁਆਟਰ ਐਂਟਰੀ ਦਿੰਦੇ ਸੀ ਇਹ ਨਾ 35 ਕਿਲੋਮੀਟਰ ਤੋਂ ਅੱਗੇ ਨਹੀਂ ਦਿੰਦੇ 35 ਕਿਲੋਮੀਟਰ ਤੋਂ ਅੱਗੇ ਹੋਣਾ ਚਾਹੀਦਾ ਪਿੰਡ ਅਤੇ ਇਹ ਨਹੀਂ ਦਿੰਦੇ ਆਪਾਂ ਨੂੰ ਕਮਰਾ ਠੀਕ ਹੈ ਜੀ ਅਸੀਂ ਉੱਥੇ ਕਮਰਾ ਲੈ ਲਿਆ ਤਿੰਨ ਜਾਣਿਆਂ ਨੇ ਉਹਦੇ ਉੱਤੇ ASI ਰਹਿੰਦਾ ਸੀ ਕਹਿੰਦਾ ਯਾਰ 2 ਲੈਣਾ ਲਾ ਵੇਖੀ ਪੇਪਰ ਕਿਸ ਤਰ੍ਹਾਂ ਹੁੰਦਾ ਭਾਅ ਜੀ ਉਹ ਨਾ ਮੈਨੂੰ ਇੰਨੀਆਂ ਉਲਟੀਆਂ ਲੱਗੀਆਂ ਕਿਹੜੇ ਸਾਲ ਦੀ ਗੱਲ ਇਹ ਭਾਅ ਜੀ 2004 ਦੀ 2004 ਤੋਂ ਬਾਅਦ ਨਿਕਲਿਆ ਨਹੀਂ ਗਿਆ ਨਾ ਉਦੋਂ ਸਮੈਕ ਸੀ ਅਤੇ ਕੈਪਟਨ ਸਾਹਿਬ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਕਾਲੀਆਂ ਭੇਡਾਂ ਜਿਹੜੀਆਂ ਸਾਰੀ ਪੰਜਾਬ ਪੁਲਿਸ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਕਾਲੀਆਂ ਭੇਡਾਂ ਜਿਹੜੀਆਂ ਉਹਨਾਂ 'ਤੇ ਨੱਥ ਪਾਓ ਅਤੇ ਘਰ ਬਚਾਓ ਸਾਡੇ 'ਤੇ ਬਾਲੇ ਵੀ ਡਿੱਗ ਪਏ ਇੰਨੇ ਵਧੀਆ ਘਰ ਸੀ ਆਪਣੇ ਹੱਥੀਂ ਬਰਬਾਦ ਕੀਤਾ ਹੀ ਮੈਂ ਜਾ ਮੈਂ ਆਪਣੇ ਹੱਥੀਂ ਬਰਬਾਦ ਕੀਤਾ ਹੀ ਕਰੀ ਗੱਲ ਹੁਣ ਸਦਨ 'ਚ ਮੈਂ ਆਪਣੇ ਹੱਥੀਂ ਬਰਬਾਦ ਕੀਤਾ ਹੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ